ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਜਿਹੜਾ ਅੱਜ ਦਾ ਕੁਐਸਚਨ ਆ, ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਹਰਜਿੰਦਰ ਸਿੰਘ ਧਾਮੀ ਜੀ, ਜਿਨ੍ਹਾਂ ਦੀ ਕਿ ਅੱਜ ਉੱਥੇ ਬੰਦੀ ਸਿੰਘਾਂ ਦੇ ਰਿਹਾਈ ਲਈ ਜਿਹੜਾ ਪੰਥਕ ਮੋਰਚਾ, ਜਿਹੜਾ ਮੋਰਚਾ ਸਟਾਰਟ ਹੋਇਆ ਹੈ ਵਾ, ਉੱਥੇ ਗਏ ਨੇ, ਉਹਨਾਂ ਦੀ ਗੱਡੀ ਦੇ ਸ਼ੀਸ਼ੇ ਸ਼ੂਸ਼ੇ ਭੰਨੇ ਨੇ, ਲੋਕਾਂ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਆ। ਪ੍ਰਧਾਨ ਜੀ, ਤੁਹਾਨੂੰ ਇੱਕੋ ਹੀ ਕੁਐਸਚਨ ਆ ਹਰਜਿੰਦਰ ਸਿੰਘ ਧਾਮੀ ਜੀ ਨੂੰ, ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਕਿ ਤੁਸੀਂ ਵਾਰ ਵਾਰ ਬੇਇੱਜ਼ਤੀ ਕਰਾਉਣ ਕਿਉਂ ਜਾ ਰਹੇ ਹੋ ਜੀ? ਉੱਥੇ ਤੁਹਾਡਾ ਕੀ ਲੈਣਾ ਦੇਣਾ ਇਹਨਾਂ ਚੀਜ਼ਾਂ ਨਾਲ? ਤੁਸੀਂ ਆਪਣੇ ਪਾਰਟੀ ਪ੍ਰਧਾਨ ਨੂੰ ਪੁੱਛੋ, ਤੁਸੀਂ ਆਪਣੀ ਪਾਰਟੀ ਨੂੰ ਪੁੱਛੋ, ਜਦੋਂ ਤੁਹਾਡੀ 10 ਸਾਲ ਪੰਜਾਬ ਦੇ ਵਿੱਚ ਸਰਕਾਰ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ, ਔਰ ਸੈਂਟਰ ਦੇ ਵਿੱਚ ਤੁਹਾਡੀ ਭਾਈਵਾਲੀ ਸੀਗੀ ਬੀਜੇਪੀ ਨਾਲ, ਉਦੋਂ ਤੁਸੀਂ ਇਹ ਮੰਗਾਂ ਉਠਾਈਆਂ ਨਹੀਂ ਹੈਗੀਆਂ। ਹੁਣ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੋ ਤਾਂ ਤੁਹਾਡੀ ਬੀਜੇਪੀ ਨਾਲ ਟੁੱਟ ਚੁੱਕੀ ਆ, ਹੁਣ ਤੁਸੀਂ ਉਹ ਮੰਗਾਂ ਉਠਾ ਰਹੇ ਹੋ ਜਾਣ ਬੁੱਝ ਕੇ ਦੂਜੀ ਪਾਰਟੀ ਨੂੰ ਬਦਨਾਮ ਕਰਨ ਦੀ ਖਾਤਰ, ਜਦੋਂ ਤੁਹਾਡੇ ਹੱਥ 'ਚ ਸਭ ਕੁਛ ਸੀਗਾ ਪੰਜਾਬ ਦੇ ਵਿੱਚੋਂ। ਤੁਸੀਂ ਪਹਿਲਾਂ ਪਾਸ ਕਰਕੇ ਦੇਣੀਆਂ ਸੀ, ਸੈਂਟਰ ਗੌਰਮੈਂਟ ਤੋਂ ਪਹਿਲਾਂ ਪਾਸ ਕਰਾ ਲੈਣੀਆਂ ਸੀ ਇਹਨਾਂ ਬਾਰੇ, ਉਦੋਂ ਤੁਹਾਨੂੰ ਸੱਤਾ ਵੇਲੇ ਤੁਹਾਨੂੰ ਬੰਦੀ ਸਿੰਘ ਯਾਦ ਨਹੀਂ ਹੁੰਦੇ, ਉਦੋਂ ਅੱਤਵਾਦੀ ਹੁੰਦੇ ਨੇ ਸੱਤਾ ਵੇਲੇ, ਹੁਣ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੋ ਤਾਂ ਉਹ ਬੰਦੀ ਸਿੰਘ ਬਣ ਗਏ। ਕਮਾਲ ਕਰੀ ਜਾਂਦੇ ਹੋ ਯਾਰ, ਵਾਰ ਵਾਰ ਬੇਇੱਜ਼ਤੀਆਂ ਕਰਾਉਣ ਦਾ ਕੀ ਮਤਲਬ ਆ? ਤੁਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਹੋ, ਜਿਹੜਾ ਤੁਹਾਡਾ ਕੰਮ ਆ ਤੁਸੀਂ ਉਹ ਕਰੋ, ਐਵੇਂ ਨਾ ਹੁਣ ਮੀਡੀਆ ਦੇ ਵਿੱਚ ਰੌਲਾ ਪਾਈ ਜਾਓ ਜੀ ਸਾਡੀ ਗੱਡੀ ਭਾਂਤੀ ਜੀ, ਸਾਨੂੰ ਉੱਥੇ ਸੱਦਿਆ ਕਾਹਤੇ ਆ, ਸਾਨੂੰ ਉੱਥੇ ਬੁਲਾਇਆ ਕਾਹਤੇ ਆ। ਦੇਖੋ ਸਾਰੇ ਲੋਕ ਜਾਣਦੇ ਨੇ ਤੁਹਾਡੀ ਸੱਚਾਈ, ਸਾਰੇ ਲੋਕ ਜਾਣਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਇੱਕੋ ਹੀ ਆ, ਜਦੋਂ ਪਾਵਰ 'ਚ ਹੁੰਦੀ ਆ ਤਾਂ ਇਹ ਅੱਤਵਾਦੀ ਨੇ ਸਿੱਖ, ਅਤੇ ਜਦੋਂ ਪਾਵਰ ਤੋਂ ਬਾਹਰ ਹੁੰਦੀ ਆ ਤਾਂ ਇਹ ਬੰਦੀ ਸਿੰਘ ਬਣ ਜਾਂਦੇ ਨੇ। ਸੋ ਮੇਰਾ ਇੱਕੋ ਹੀ ਸਵਾਲ ਦਾ ਜਵਾਬ ਦੇ ਦਿਓ ਕਿ ਆਪਣੇ ਪਾਰਟੀ ਪ੍ਰਧਾਨ ਨੂੰ ਪੁੱਛ ਕੇ ਦੱਸ ਦੋਗੇ ਕਿ ਡਰਾਮਾ ਕੀ ਰਚਿਆ ਹੋਇਆ, ਇੱਥੇ ਕਰਨ ਕੀ ਜਾਂਦੇ ਹੋ ਤੁਸੀਂ? ਤੁਹਾਡਾ ਜਾਣਾ ਬਣਦਾ ਨਹੀਂ ਹੈਗਾ ਵੈਸੇ, ਉਦੋਂ ਤੁਸੀਂ ਕਾਹਤੇ ਨਹੀਂ ਛੱਡੇ? ਬਸ ਮੇਰਾ ਇਹ ਸਵਾਲ ਆ ਕਿ ਤੁਸੀਂ ਬੰਦੀ ਸਿੰਘ ਜਿਨ੍ਹਾਂ ਦੇ ਲਈ ਹੁਣ ਮੋਰਚੇ ਲੱਗ ਰਹੇ ਨੇ, ਸਿੱਖ ਕੌਮ ਲਾ ਰਹੀ ਆ, ਤੁਸੀਂ ਉਸ ਟਾਈਮ ਇਹ ਬੰਦੀ ਸਿੰਘ ਕਿਉਂ ਨਹੀਂ ਛੱਡੇ ਜਦੋਂ ਤੁਸੀਂ ਆਪ ਖੁਦ ਪਾਵਰਾਂ 'ਚ ਸੀਗੇ, ਪੰਜਾਬ ਦੇ ਵਿੱਚ ਵੀ ਸੀ, ਸੈਂਟਰ ਗੌਰਮੈਂਟ ਦੇ ਵਿੱਚ ਵੀ ਸੀ? ਬਸ ਮੇਰੀ ਇਸ ਚੀਜ਼ ਦਾ ਗੱਲ ਦਾ ਜਵਾਬ ਦੇ ਦਿਓ। ਅੱਜ ਜਾ ਕੇ ਨਾ ਮੈਂ ਉੱਥੇ ਮਗਰਮੱਛ ਵਾਲੇ ਹੰਝੂ ਵਹਾਈ ਜਾਇਆ ਕਰੋ ਬਿਨਾਂ ਗੱਲ ਤੋਂ, ਸੱਪ ਲੰਘੇ ਤੋਂ ਮੁੜ ਕੇ ਉੱਥੇ ਲਾਠੀਆਂ ਲਕੀਰਾਂ ਕੁੱਟੀ ਜਾਂਦੇ ਹੋ ਲਾਠੀਆਂ ਮਾਰ ਮਾਰ ਕੇ, ਐਵੇਂ ਕੋਈ ਫਾਇਦਾ ਨਹੀਂ। ਹੁਣ ਜਦੋਂ ਤੁਸੀਂ ਪਾਵਰਾਂ 'ਚ ਸੀ ਉਦੋਂ ਨਹੀਂ ਕੁਛ ਕੀਤਾ ਹੈਗਾ, ਹੁਣ ਕੀ ਕਰਨਾ ਤੁਸੀਂ? ਧੰਨਵਾਦ ਜੀ, ਮੈਂ ਤੁਹਾਡੇ ਜਵਾਬ ਦੀ ਵੇਟ ਕਰੂੰਗਾ, ਨਹੀਂ ਫਿਰ ਪੁੱਛ ਲਾਂਗੇ ਇੱਕ ਦੋ ਦਿਨਾਂ ਬਾਅਦ, ਕੋਈ ਗੱਲ ਨਹੀਂ। ਸਤਿ ਸ਼੍ਰੀ ਅਕਾਲ ਜੀ।